ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਪੰਜਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਪੰਨਾ ਨੰਬਰ 4 ਉੱਪਰ ਦਿੱਤੇ ਹੇਠ ਲਿਖੇ ਅੰਕਾਂ ਨੂੰ ਵਰਤਦੇ ਹੋਏ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। ਇਹ ਕੁਝ ਅੰਕ ਸਾਨੂੰ ਦਿੱਤੇ ਹੋਏ ਹਨ ਬੱਚਿਓ, ਇਹਨਾਂ ਅੰਕਾਂ ਨੂੰ ਹੀ ਅਸੀਂ ਵਰਤਣਾ ਹੈ ਅਤੇ ਇਹਨਾਂ ਤੋਂ ਹੀ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ। ਪਹਿਲਾ ਸਵਾਲ ਸਾਡਾ ਇਹ ਸਵਾਲ ਹੈ, ਸਾਨੂੰ 3 ਅੰਕ ਦਿੱਤੇ ਹਨ, 2, 0, 9। ਅਸੀਂ ਇਸ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਇਹਨਾਂ 3 ਅੰਕਾਂ ਤੋਂ। ਪਿਆਰੇ ਬੱਚਿਓ, ਵੱਡੀ ਤੋਂ ਵੱਡੀ ਸੰਖਿਆ ਲਿਖਣ ਲਈ ਸਭ ਤੋਂ ਪਹਿਲਾਂ ਸਾਨੂੰ ਸਭ ਤੋਂ ਵੱਡੇ ਅੰਕ ਨੂੰ ਲਿਖਣਾ ਹੁੰਦਾ ਹੈ। ਵੱਡਾ ਅੰਕ ਇਹਨਾਂ ਵਿੱਚ ਹੈ 9, ਫਿਰ ਕਿਹੜਾ ਹੈ 2, ਸ਼ਾਬਾਸ਼, ਫਿਰ ਕਿਹੜਾ ਹੈ 0। ਤਾਂ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਬਣੀ ਇਹਨਾਂ ਦੀ, 920। ਤਾਂ ਇਸੇ ਤਰ੍ਹਾਂ ਪਿਆਰੇ ਬੱਚਿਓ, ਛੋਟੀ ਤੋਂ ਛੋਟੀ ਸੰਖਿਆ ਲਿਖਣ ਲਈ ਸਭ ਤੋਂ ਪਹਿਲਾਂ ਸਾਨੂੰ ਸਭ ਤੋਂ ਛੋਟੇ ਅੱਖਰ, ਸਭ ਤੋਂ ਛੋਟਾ ਅੰਕ ਕਿਹੜਾ ਹੈ ਇਸ ਵਿੱਚ, 0, ਫਿਰ 2, ਫਿਰ 9। ਪਿਆਰੇ ਬੱਚਿਓ, ਇਹ ਸੰਖਿਆ ਗਲਤ ਹੈ। ਗਲਤ ਕਿਉਂ ਹੈ? ਕਿਉਂਕਿ 0 ਪਹਿਲੇ ਸਥਾਨ ਤੇ ਆਪਣਾ ਕੋਈ ਮਹੱਤਵ ਨਹੀਂ ਰੱਖਦੀ, ਕਿਉਂਕਿ ਜੇਕਰ ਇਸ ਸੰਖਿਆ ਨੂੰ ਅਸੀਂ ਪੜ੍ਹਨਾ ਹੋਵੇ ਤਾਂ ਅਸੀਂ ਇਸ ਨੂੰ 29 ਪੜਾਂਗੇ, 20, 9, 29, ਜਿਹੜੇ ਕਿ ਸਿਰਫ 2 ਅੰਕਾਂ ਦੀ ਹੀ ਮਹੱਤਤਾ ਨੂੰ ਦਰਸਾਉਂਦੇ ਹਨ, 0 ਨੂੰ ਪੜਿਆ ਨਹੀਂ ਜਾ ਰਿਹਾ। ਇਸ ਕਰਕੇ ਇਹ ਸੰਖਿਆ 3 ਅੰਕਾਂ ਦੀ ਹੁੰਦੀ ਹੋਈ ਵੀ ਸਿਰਫ 2 ਅੰਕਾਂ ਦੀ ਹੀ ਹੈ, 20, 9, 29। ਅਸੀਂ 3 ਅੰਕਾਂ ਦੀ ਹੀ ਬਣਾਉਣੀ ਹੈ ਕਿਉਂਕਿ ਸਾਨੂੰ 3 ਅੰਕ ਹੀ ਦਿੱਤੇ ਗਏ ਹਨ। ਤਾਂ ਇਸ ਲਈ ਅਸੀਂ ਕੀ ਕਰਦੇ ਹਾਂ, 2 ਨੂੰ ਪਹਿਲੇ ਨੰਬਰ ਤੇ ਲਿਖ ਲੈਂਦੇ ਹਾਂ, 2 ਅੰਕ ਨੂੰ ਪਹਿਲੇ ਨੰਬਰ ਤੇ, ਫਿਰ 0 ਦੂਜੇ ਸਥਾਨ ਤੇ, ਫਿਰ ਸਭ ਤੋਂ ਵੱਡਾ ਅੰਕ 9। ਤਾਂ ਸਾਡੀ ਸਭ ਤੋਂ ਛੋਟੀ ਸੰਖਿਆ ਕਿਹੜੀ ਬਣੇਗੀ ਇਹਨਾਂ ਦੀ, 209। ਸਾਡਾ 20 ਸਵਾਲ ਹੈ, ਤਾਂ ਇਹ ਹੈ ਸਾਡੇ ਅੰਕ ਦਿੱਤੇ ਹਨ 1, 2, 3, 4। ਤਾਂ ਇਹਨਾਂ ਵਿੱਚ ਸਭ ਤੋਂ ਵੱਡਾ ਅੰਕ ਹੈ 4। 4 ਨੂੰ ਅਸੀਂ ਲਿਖਾਂਗੇ ਪਹਿਲੇ ਨੰਬਰ ਤੇ, ਫਿਰ ਦੂਜਾ ਅੰਕ ਹੈ 3, ਫਿਰ 2, ਫਿਰ 1। ਸਾਡੀ ਇਹ ਸੰਖਿਆ ਬਣ ਗਈ 4,321। ਤੇ ਇਸੇ ਤਰ੍ਹਾਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਤਾਂ ਸਭ ਤੋਂ ਛੋਟਾ ਅੰਕ ਸਭ ਤੋਂ ਅੱਗੇ ਆ ਜਾਏਗਾ, 1, 2, 3, 4। ਤਾਂ ਪਿਆਰੇ ਬੱਚਿਓ, ਸਾਡੀ ਛੋਟੀ ਤੋਂ ਛੋਟੀ ਸੰਖਿਆ ਬਣ ਗਈ 1,234। ਤੇ ਹੁਣ ਪਿਆਰੇ ਬੱਚਿਓ, ਅਸੀਂ ਕਰਾਂਗੇ ਸੀ ਸਵਾਲ। ਸਾਨੂੰ ਅੰਕ ਦਿੱਤੇ ਹਨ 5, 6, 1, 2। ਤਾਂ ਵੱਡੀ ਤੋਂ ਵੱਡੀ ਸੰਖਿਆ ਲਿਖਣ ਲਈ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਵੱਡਾ ਅੰਕ ਲੈਣਾ ਹੈ 6, ਫਿਰ ਆਏਗਾ 5, ਫਿਰ 2, ਫਿਰ 1। ਸਾਡੀ ਵੱਡੀ ਤੋਂ ਵੱਡੀ ਸੰਖਿਆ ਬਣ ਗਈ ਹੈ 6,521। ਇਸੇ ਤਰ੍ਹਾਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ, ਸਭ ਤੋਂ ਪਹਿਲਾਂ ਸਭ ਤੋਂ ਛੋਟਾ ਅੰਕ 1, ਫਿਰ 2, ਫਿਰ 5, ਫਿਰ 6। ਸਾਡੀ ਛੋਟੀ ਤੋਂ ਛੋਟੀ ਸੰਖਿਆ ਬਣ ਗਈ 1,256।
ਸਾਡਾ ਹੁਣ ਡੀ ਸਵਾਲ ਹੈ, ਸਾਨੂੰ ਅੰਕ ਦਿੱਤੇ ਹਨ 2, 4, 0, 9। ਵੱਡੀ ਤੋਂ ਵੱਡੀ ਸੰਖਿਆ ਬਣਾਉਣ ਲਈ ਅਸੀਂ 9 ਨੂੰ, ਵੱਡੇ ਅੰਕ ਨੂੰ ਪਹਿਲੇ ਸਥਾਨ ਤੇ, ਫਿਰ 4, ਫਿਰ 2, ਫਿਰ 0। ਇਸੇ ਤਰ੍ਹਾਂ ਛੋਟੀ ਤੋਂ ਛੋਟੀ ਸੰਖਿਆ ਬਣਾਉਣ ਲਈ ਸਾਡੇ ਲਈ ਸਭ ਤੋਂ ਛੋਟਾ ਅੰਕ ਹੈ 0। ਪਿਆਰੇ ਬੱਚਿਓ, ਇਹਦੇ ਵਿੱਚ ਸਭ ਤੋਂ ਛੋਟਾ ਅੰਕ ਹੈ 0। 0 ਨੂੰ ਅਸੀਂ ਪਹਿਲੇ ਸਥਾਨ ਤੇ ਨਹੀਂ ਲਿਖ ਸਕਦੇ, ਅਸੀਂ ਪਹਿਲੇ ਸਵਾਲ ਦੇ ਵਿੱਚ ਵੀ ਕੀਤਾ ਸੀ, ਤਾਂ ਅਸੀਂ ਪਹਿਲੇ ਸਥਾਨ ਤੇ ਲਵਾਂਗੇ। ਇਸ ਤੋਂ ਅਗਲਾ ਛੋਟਾ ਅੰਕ ਹੈ 2, 0 ਨੂੰ ਲਵਾਂਗੇ ਅਸੀਂ ਦੂਜੇ ਸਥਾਨ ਤੇ, ਫਿਰ 4, ਫਿਰ 9। ਤਾਂ ਸਾਡੀ ਛੋਟੀ ਤੋਂ ਛੋਟੀ ਸੰਖਿਆ ਹੋਊਗੀ 2049 ਤੇ ਵੱਡੀ ਤੋਂ ਵੱਡੀ ਸੰਖਿਆ ਹੋਊਗੀ 9420। ਸਾਡਾ ਈ ਸਵਾਲ ਹੈ ਜਿਹਦੇ ਵਿੱਚ ਸਾਨੂੰ ਅੰਕ ਦਿੱਤੇ ਹਨ 1, 7, 8, 6। ਤਾਂ ਵੱਡੀ ਤੋਂ ਵੱਡੀ ਸੰਖਿਆ ਲਿਖਣ ਲਈ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਅੰਕ ਲਵਾਂਗੇ 8, ਫਿਰ 7, ਫਿਰ 6, ਫਿਰ 1। ਤਾਂ ਸਾਡੀ ਵੱਡੀ ਤੋਂ ਵੱਡੀ ਸੰਖਿਆ ਬਣ ਗਈ 8761। ਹੁਣ ਛੋਟੀ ਤੋਂ ਛੋਟੀ ਲਈ ਸਭ ਤੋਂ ਪਹਿਲਾਂ ਸਭ ਤੋਂ ਛੋਟਾ ਅੰਕ 1, 6, 7, 8। ਤਾਂ ਸਾਡੀ ਛੋਟੀ ਤੋਂ ਛੋਟੀ ਸੰਖਿਆ ਬਣ ਗਈ 1678। ਪਿਆਰੇ ਬੱਚਿਓ, ਉਮੀਦ ਕਰਦਾ ਹਾਂ ਇਹ ਸਵਾਲ ਵੀ ਤੁਹਾਨੂੰ ਸਮਝ ਵਿੱਚ ਆ ਗਏ ਹੋਣਗੇ। ਤੁਸੀਂ ਇਹਨਾਂ ਨੂੰ ਕਰਨਾ ਹੈ ਤੇ ਇਹਨਾਂ ਦਾ ਅਭਿਆਸ ਵੀ ਕਰਨਾ ਹੈ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।